ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ। ਰਤਨ ਟਾਟਾ ਦੀ ਅੰਤਿਮ ਅਰਦਾਸ ਸਮੇਂ ਇੱਕ ਵੱਡਾ ਚਮਤਕਾਰ ਵਾਪਰਿਆ ਤੇ ਜੈਕਾਰੇ ਲੱਗੇ ਨੇ। ਆਪਾਂ ਇਸ ਵਿਸ਼ੇ ਤੇ ਕੁਝ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਨੇ। ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਰਤਨ ਟਾਟਾ ਜਿਹੜੇ ਨੇ ਉਹ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਪਰ ਉਹਨਾਂ ਦੀਆਂ ਪ੍ਰਾਪਤੀਆਂ ਬਹੁਤ ਨੇ। ਉਹਨਾਂ ਨੇ ਬਹੁਤ ਜਿਹੜਾ ਵੱਡਾ ਸਮਾਂ ਹੈ ਉਹ ਸਮਾਂ ਕੁਝ ਕੁਝ ਚੰਗਿਆਈ ਦੇ ਵਿੱਚ ਵੀ ਉਹਨਾਂ ਨੇ ਆਪਣਾ ਲਾਇਆ ਹੈ। ਰਤਨ ਟਾਟਾ ਆਪਣੀ ਆਮਦਨ ਦਾ ਵੱਡਾ ਹਿੱਸਾ ਦਾਨ ਕਰਦੇ ਸੀ। ਇਹੀ ਕਾਰਨ ਹੈ ਕਿ ਉਹਨਾਂ ਦੀ ਕੁੱਲ ਜਾਇਦਾਦ ਉਸਦੇ ਕੱਦ ਅਤੇ ਕੰਪਨੀ ਦੇ ਕਾਰੋਬਾਰ ਦੇ ਮੁਕਾਬਲੇ ਘੱਟ ਹੈ। ਰਤਨ ਟਾਟਾ ਇੱਕ ਵਪਾਰੀ ਦੇ ਨਾਲ ਨਾਲ ਇੱਕ ਪਰਉਪਕਾਰੀ ਵਜੋਂ ਵੀ ਮਸ਼ਹੂਰ ਹੋਏ ਸਨ। ਟਾਟਾ ਟਰੱਸਟ ਬਣਾ ਕੇ ਉਹਨਾਂ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਚੈਰਿਟੀ ਤੇ ਖਰਚ ਕੀਤਾ। ਟਾਟਾ ਟਰੱਸਟ ਸਿਹਤ ਸੰਭਾਲ, ਸਿੱਖਿਆ ਅਤੇ ਪੇਂਡੂ ਵਿਕਾਸ ਦੇ ਵਿੱਚ ਕੰਮ ਕਰਦਾ ਆ। ਇਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ, ਪਰ ਇਸ ਕਰਕੇ ਆਪਾਂ ਇਹ ਗੱਲ ਨੂੰ ਤਾਂ ਕਰਕੇ ਸਾਂਝਾ ਕੀਤਾ। ਜਿੱਥੇ ਟਾਟਾ ਰਤਨ ਟਾਟਾ ਦੇ ਜਾਣ ਦਾ ਜਿਹੜਾ ਵੱਡਾ ਗਮ ਹੈ, ਉਹਨਾਂ ਦੇ ਪਰਿਵਾਰ ਵਾਲੇ ਆਸ ਪਾਸ ਦੇ ਲੋਕਾਂ ਨੂੰ ਲੱਗਿਆ ਹੈ। ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹਨਾਂ ਲੋਕਾਂ ਨੂੰ ਲੱਗਿਆ ਹੈ ਜਿਨ੍ਹਾਂ ਲੋਕਾਂ ਲਈ ਉਹ ਮਸੀਹਾ ਸੀ, ਜਿਨ੍ਹਾਂ ਲੋਕਾਂ ਦੇ ਲਈ ਉਹ ਸਭ ਤੋਂ ਵੱਡਾ ਕਾਰੋਬਾਰ ਚਲਾਉਂਦੇ ਸੀ। ਇਸ ਵਕਤ ਜਿਹੜੇ ਵੱਖੋ ਵੱਖਰੇ ਟਾਟਾ ਬ੍ਰੈਂਡ ਦੇ ਨਾਲ ਜੁੜੇ ਹੋਏ ਨੇ ਜਾਂ ਕਾਮੇ ਨੇ, ਉਹਨਾਂ ਦੇ ਕਿਸੇ ਵੀ ਅਦਾਰੇ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਇਹ ਫਿਕਰ ਹੈ ਵੀ ਸ਼ਾਇਦ ਹੁਣ ਕੀ ਹੋਏਗਾ, ਵੀ ਟਾਟਾ ਬ੍ਰੈਂਡ ਬੰਦ ਤਾਂ ਨਹੀਂ ਹੋ ਜਾਏਗਾ, ਅਗਲਾ ਉੱਤਰਾਧਿਕਾਰੀ ਕੌਣ ਹੋਏਗਾ, ਕਿਤੇ ਸਾਨੂੰ ਕੰਮ ਨਾ ਦੇਵੇ। ਸੋ ਅਜਿਹਾ ਕੁਛ ਨਹੀਂ, ਇਹ ਸਭ ਕੁਛ ਚੱਲਦਾ ਰਹੇਗਾ ਉਸੇ ਤਰ੍ਹਾਂ, ਉੱਤਰਾਧਿਕਾਰੀ ਚੇਂਜ ਹੋਏਗਾ। ਪਰ ਇੱਕ ਬੇਨਤੀ ਇਹ ਹੈ ਕਿ ਜਿੱਥੇ ਰਤਨ ਟਾਟਾ ਐਡਾ ਵੱਡਾ ਇੰਸਟਰਕਚਰ ਚਲਾ ਰਹੇ ਸੀ, ਉੱਥੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਵੀ ਸੀ ਔਰ ਕਿੰਨੇ ਲੋਕਾਂ ਦਾ ਜਿਹੜਾ ਹੈ ਉਹਨਾਂ ਨੇ ਭਲਾ ਵੀ ਕੀਤਾ ਸੀ। ਹਾਲਾਂਕਿ ਅੱਜ ਪੂਰਾ ਦੇਸ਼ ਜਿਹੜਾ ਹੈ ਉਹਨਾਂ ਦੇ ਅੰਤਿਮ ਜੋ ਸਵਾਸ ਸੀ ਉਹਨਾਂ 'ਤੇ ਦੁੱਖ ਪ੍ਰਗਟ ਕਰ ਰਿਹਾ ਹੈ, ਅਤੇ ਹਾਲਾਂਕਿ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਬਹੁਤ ਦਰਿਆ ਦਿਲ ਇਨਸਾਨ ਸੀ। ਪਰ ਇੱਕ ਬੇਨਤੀ ਕਰਾਂ ਕਿ ਕੁਝ ਲੋਕ ਸਾਡੇ ਜਿਹੜੇ ਨੇ ਉਹ ਭੋਲੀਆਂ ਗੱਲਾਂ ਕਰਦੇ ਨੇ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਕਹਿੰਦਾ ਜੀ ਰਤਨ ਟਾਟਾ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਇਹ ਰੀਤਾਂ ਨਾਲ ਹੋਣਾ ਚਾਹੀਦਾ, ਕੋਈ ਕਹਿੰਦਾ ਇਹ ਰੀਤਾਂ ਨਾਲ। ਪਰ ਸਤ ਸੰਗਤ, ਮੈਂ ਤੇ ਬੇਨਤੀ ਕਰਦਾ ਕਿ ਜੋ ਅਸਲ ਰੀਤ ਹੈ, ਜੋ ਉਹਨਾਂ ਦਾ ਸਿਸਟਮ ਹੈ, ਉਸ ਹਿਸਾਬ ਨਾਲ ਹੀ ਸਭ ਕੁਝ ਹੋਵੇ। ਹਾਲਾਂਕਿ ਰਤਨ ਟਾਟਾ ਇੱਕ ਵਧੀਆ ਇਨਸਾਨ ਸੀ, ਸਾਡੇ ਦਿਲਾਂ ਦੇ ਵਿੱਚ ਉਹਨਾਂ ਲਈ ਇੱਕ ਚੰਗਾ ਮਾਣ ਸਤਿਕਾਰ ਹੈ, ਇਸ ਨੂੰ ਇਸੇ ਤਰ੍ਹਾਂ ਰਹਿਣ ਦਿੱਤਾ ਜਾਵੇ। ਹਾਲਾਂਕਿ ਇਸ ਨੂੰ ਉਸ ਛਵੀ ਦੇ ਨਾਲ ਪੇਸ਼ ਨਾ ਕੀਤਾ ਜਾਵੇ ਕਿ ਇੱਕ ਭਗਤ ਦੇ ਤੌਰ 'ਤੇ ਜਾਂ ਫਿਰ ਕਿਸੇ ਹੋਰ, ਹਾਂ ਇੱਕ ਮਹਾਨ ਸ਼ਖਸੀਅਤ ਦੇ ਤੌਰ 'ਤੇ ਅਸੀਂ ਉਹਨਾਂ ਨੂੰ ਸਨਮਾਨ ਦੇ ਸਕਦੇ ਹਾਂ। ਕੋਈ ਕਹਿੰਦਾ ਜੀ ਜੈਕਾਰੇ ਲੱਗਣੇ ਚਾਹੀਦੇ ਹੈ, ਕੋਈ ਕੁਝ, ਹਾਂ ਠੀਕ ਹੈ, ਕੋਈ ਗੱਲ ਨਹੀਂ, ਉਹ ਇੱਕ ਵੱਖਰਾ ਵਿਸ਼ਾ, ਅਸੀਂ ਆਪਣੇ ਸਤਿਕਾਰ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ। ਪਰ ਕੀ ਗੱਲ ਨਾ ਹੋਵੇ ਵੀ ਅਸੀਂ ਬਿਲਕੁਲ ਜੋ ਨਿਯਮ ਨੇ ਕੁਦਰਤ ਦੇ ਉਹਨਾਂ ਦੇ ਉਲਟ ਜਾ ਕੇ ਕੁਝ ਵੀ ਕਰੀਏ, ਮੈਂ ਇਹ ਬੇਨਤੀ ਖਾਸ ਕਰਕੇ ਕਰਨੀ ਚਾਹੁੰਦਾ। ਸਤਿ ਸੰਗਤ, ਜੋ ਹੋਇਆ ਉਹ ਪਰਮਾਤਮਾ ਦੇ ਭਾਣੇ ਵਿੱਚ ਹੋਇਆ, ਉਹਦੇ ਭਾਣੇ ਨੂੰ ਮੰਨ ਕੇ ਹੀ ਚੱਲਣਾ ਚਾਹੀਦਾ, ਉਹਦੇ ਭਾਣੇ ਤੋਂ ਉਲਟ ਨਹੀਂ। ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਤਿਗੁਰ ਨੇ ਤੇ ਇਹ ਵੀ ਕਿਹਾ ਕਿ ਭਾਈ ਆਪਣੇ ਭਾਣੇ ਵਿੱਚ ਨਹੀਂ, ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨ ਕੇ ਚੱਲਣਾ ਹੀ ਵੱਡੀ ਸਿਆਣਪ ਹੋਇਆ ਕਰਦੀ ਹੈ। ਇਹ ਗੱਲ ਨੂੰ ਮੰਨ ਕੇ ਚੱਲਿਆ ਜੇ, ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਜੇ। ਸਾਨੂੰ ਲੋੜ ਹੈ ਕਿ ਐਸੇ ਇਨਸਾਨ ਹੋਰ ਹੋਣ,
ਦੁਨੀਆ ਐਸੇ ਇਨਸਾਨਾਂ ਨਾਲ ਭਰਪੂਰ ਹੋਵੇ ਤਾਂ ਜੋ ਲੋਕਾਂ ਦਾ ਥੋੜ੍ਹਾ ਬਹੁਤਾ ਭਲਾ ਹੋ ਸਕੇ। ਜਿਨ੍ਹਾਂ ਨੇ ਲੋਕਾਂ ਲਈ ਜੀਣਾ ਉਹ ਬਹੁਤ ਘੱਟ ਹੁੰਦੇ ਨੇ, ਆਪਣੇ ਲਈ ਜੀਣ ਵਾਲੇ ਬਹੁਤ ਲੋਕ ਫਿਰਦੇ ਨੇ। ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ, ਰੱਬ ਅੱਗੇ ਅਰਦਾਸ ਕਰੀਏ, ਐਸੇ ਇਨਸਾਨਾਂ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।